ਅੰਮ੍ਰਿਤਸਰ ਦੇ ਵੱਲਾ ਸਥਿਤ ਸਬਜ਼ੀ ਮੰਡੀ ਨੇੜੇ ਗੁੱਜਰਾਂ ਦੇ ਡੇਰੇ ਵਿੱਚ ਆਏ 3 ਵਿਅਕਤੀਆਂ ਨੇ ਗੁੱਜਰ ਭਾਈਚਾਰੇ ਦੀਆਂ 2 ਔਰਤਾਂ ਸਮੇਤ 3 ਲੋਕਾਂ ਤੇ ਤੇਜ਼ਾਬ ਸੁੱਟ ਦਿੱਤਾ। ਇਸ ਦੌਰਾਨ ਤਿੰਨੋਂ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੋਸ਼ੀਆਂ ਦੀ ਪਹਿਚਾਣ ਲਵਪ੍ਰੀਤ ਸਿੰਘ ਨਿਵਾਸੀ ਮੂਦਲ, ਕਪਿਲ ਨਿਵਾਸੀ ਪਵਨ ਨਗਰ ਤੇ ਧਰਮਿੰਦਰ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮੁਹੱਲਾ ਵਾਸੀਆਂ ਨੇ ਪਹਿਲਾਂ ਤਾਂ ਕਾਬੂ ਕਰਕੇ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਇੱਥੇ ਗੁੱਜਰਾਂ ਦਾ ਡੇਰਾ ਸੀਗਾ ਜਸਪਾਲ ਨਗਰ 'ਚ, ਵੱਲੇ 'ਚ, ਅਤੇ ਡੇਰੀ ਵਾਲੇ ਨੇ ਇਹਨਾਂ ਗੁੱਜਰਾਂ ਕੋਲੋਂ ਦੁੱਧ ਜਿਹੜਾ ਲੈਂਦੇ ਸੀਗੇ, ਖਰੀਦ ਕਰਦੇ ਆ, ਉਹ ਸਵੇਰੇ ਆਏ, ਇਹਨਾਂ ਦਾ ਕੋਈ ਪੈਸਿਆਂ ਦਾ ਥੋੜ੍ਹਾ ਬਹੁਤਾ ਲੈਣ ਦੇਣ ਸੀ ਆਪਸ 'ਚ, ਜਿਹਦੇ 'ਚ ਤੂੰ ਮੈਂ ਹੋਈ ਆ। ਉਹਦੇ 'ਚ ਇਹਨਾਂ ਨੇ ਜਿਹੜੇ ਡੇਰੀ ਵਾਲੇ ਸੀਗੇ ਉਹਨਾਂ ਨੇ ਗੁੱਜਰਾਂ ਦੇ 2 ਲੇਡੀਜ਼ ਸੀਗੀਆਂ, ਇੱਕ ਲੜਕਾ ਸੀਗਾ, ਜਿਹਦੇ ਉੱਪਰ ਤੇਜ਼ਾਬ ਨਾਲ ਹਮਲਾ ਕੀਤਾ, ਉਹਦੇ ਸੰਬੰਧ 'ਚ ਪਰਚਾ ਦਰਜ ਕਰ ਦਿੱਤਾ ਗਿਆ ਵਾ। ਬਾਕੀ ਅੱਗੇ ਕਾਰਵਾਈ ਜਿਹੜੀ ਆ ਕੀਤੀ।